ਗੁੱਡ ਮਾਰਨਿੰਗ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ RHS ਸਟੱਡੀ ਦੇ ਵਿੱਚ ਆਪਣੀ ਕਲਾਸਾਂ ਅਸੀਂ ਰਾਜ ਜਿਹੜੀ ਐਸਐਸਟੀ ਦੇਣਾ ਚੱਲ ਰਹੀਆਂ ਸੀ ਜਿਸ ਦੇ ਵਿੱਚ ਆਪਾਂ ਵਿਦ ਫੈਕਟ ਕਰ ਰਹੇ ਸੀ ਨਾਲ ਨਾਲ ਸੋ ਆਜੋ ਬਈ ਜਲਦੀ ਜਲਦੀ ਕਲਾਸ ਨੂੰ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਜਿਹੜੇ ਬੱਚੇ ਡੇਲੀ ਆਪਣੇ ਨਾਲ ਜੁੜਦੇ ਨੇ ਉਹਨਾਂ ਤੱਕ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੀ ਕੋਈ ਵੀ ਅਪਡੇਟ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹੈਨਾ ਸੋ ਠੰਡ ਜਿਆਦਾ ਹੋ ਗਈ ਤਾਂ ਉਹਦਾਂ ਨਹੀਂ ਸੋ ਆਪਣਾ ਧਿਆਨ ਰੱਖੋ ਤੇ ਪੜ੍ਹਾਈ ਦੇ ਨਾਲ ਜੁੜੇ ਰਹੋ ਆਓ ਸਟਾਰਟ ਕਰਦੇ ਆ ਆਪਣਾ ਅੱਜ ਦਾ ਲੈਕਚਰ ਜੋ ਬਹੁਤ ਹੀ ਇੰਟਰਸਟਿੰਗ ਹੋਵੇਗਾ ਫਰਸਟ ਕੁਸਚਨ ਆ ਬਈ ਦੇਖੋ ਤੁਹਾਡੀ ਫੋਨ ਦੀ ਸਕਰੀਨ ਦੇ ਉੱਪਰ ਜਦੋਂ ਰਾਸ਼ਟਰਪਤੀ ਨੂੰ ਕਹਿੰਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ ਹੈ ਉਹ ਇਹ ਕਿਸ ਨੂੰ ਸੰਬੋਧਿਤ ਕਰਦਾ ਹੈ ਗਰਨ ਦਾ ਮਤਲਬ ਕੀ ਹੈ ਤੁਹਾਨੂੰ ਕੁਸਚਨ ਦੇ ਵਿੱਚ ਚੱਲ ਜਾਇਆ ਹੋਇਆ ਸਿੱਧਾ ਪੁੱਛਿਆ ਹੋਇਆ ਹੈ ਵੀ ਰਾਸ਼ਟਰਪਤੀ ਜਿਹੜਾ ਆਪਣਾ ਸਤੀਫਾ ਉਹ ਕਿਸ ਨੂੰ ਦਿੰਦਾ ਹੈ ਦੇਣਾ ਪੈਂਦਾ ਹੈ ਇਹ ਤਾਂ ਕੋਈ ਗੱਲ ਨਹੀਂ ਬਣੀ ਹੈ ਨਾ ਸਿੱਧੀ ਇੱਥੇ ਵੀ ਰਾਸ਼ਟਰਪਤੀ ਜਿਹੜਾ ਆਪਣਾ ਸਤੀਫਾ ਉਹ ਕਿਸ ਨੂੰ ਦਿੰਦਾ ਹੈ ਭਾਰਤ ਦੇ ਚੀਫ ਜਸਟਿਸ ਨੂੰ ਲੋਕ ਸਭਾ ਦੇ ਸਪੀਕਰ ਦੇ ਰਾਸ਼ਟਰਪਤੀ ਨੂੰ ਉਪ ਰਾਸ਼ਟਰਪਤੀ ਨਹੀਂ ਪਰਧਾਨ ਮੰਤਰੀ ਨੂੰ ਬਹੁਤ ਹੀ ਈਜ਼ੀ ਕੁਸਚਨ ਹੈ ਜਰ ਰਾਈਟ ਆਨਸਰ ਹੋਊਗਾ ਨੰਬਰ 3 ਉਪ ਰਾਸ਼ਟਰਪਤੀ ਠੀਕ ਹੈ ਭਾਈ ਹੁਣ ਦੇਖੋ ਸੰਵਿਧਾਨ ਦੇ ਅਨੁਛੇਦ ਕਹਿੰਦੇ 56 ए 파ਵ 1 ਦੇ ਵਿੱਚ ਅਨੁਸਾਰ ਰਾਸ਼ਟਰਪਤੀ ਉਪਰਾਸ਼ਟਰਪਤੀ ਨੂੰ ਸੰਬੋਧਿਤ ਆਪਣੇ ਹਸਤਾਖ ਬੀ ਸਾਈਨ ਦੇ ਅਧੀਨ ਆਪਣੇ ਅਹੁਦੇ ਦੀ ਕੋਸ਼ਨਾ ਕਰਦਾ ਹੈ ਠੀਕ ਹੈ ਜਿਹੜਾ ਵੀ ਉਹ ਦਿੰਦਾ ਆਪਣਾ ਰਿਜ਼ਾਈਨ ਦਿੰਦਾ ਉਹਦੇ ਉੱਪਰ ਸਾਈਨ ਕਰਕੇ ਰਾਸ਼ਟਰਪਤੀ ਨੂੰ ਉਪਰਾਸ਼ਟਰਪਤੀ ਦੇ ਅੰਦਰ ਨੈਕਸਟ ਕੁਐਸਚਨ ਦੇਖੋ ਰਾਸ਼ਟਰਪਤੀ ਆਪਣੀ ਸੀਟ ਕਿਸ ਨੂੰ ਸੌਂਪਦਾ ਹੈ ਉਹਨ ਇੱਥੇ ਆ ਜਾਓ ਬਈ ਰਾਸ਼ਟਰਪਤੀ ਆਪਣੀ ਸੀਟ ਕਿਸ ਨੂੰ ਸੌਂਪਦਾ ਹੈ ਜਿਹੜੇ ਕੁਝ ਕੁ ਬੱਚੇ ਹੁੰਦੇ ਨੇ ਨਾ ਇਹਨਾਂ ਕੁਐਸਚਨਾਂ ਦੇ ਵਿੱਚ ਇੰਨੇ ਉਲਝ ਜਾਂਦੇ ਨੇ ਉੱਥੇ ਜਾ ਕੇ ਇਹ ਹੋ ਜਾਂਦਾ ਆਪ ਨੂੰ ਬੇਫਰਾਂ ਦੇ ਵਿੱਚ ਕੀ ਕੀ ਲਿਖਿਆ ਹੋਇਆ ਹੈ ਨਾ ਕੁਐਸਚਨ ਉਹੀ ਹੈ ਪਰ ਜਿਹੜੇ ਬੱਚੇ ਸਮਝ ਗਏ ਗੱਲ ਨੂੰ ਪਾ ਗਏ ਉਹ ਨੰਬਰ ਲੈ ਗਏ ਹੈ ਨਾ ਲੋਕ ਸਭਾ ਦੇ ਸਪੀਕਰ ਨੂੰ ਸੁਪਰੀਮ ਕੋਰਟ ਦੇ ਮੁਖੀ ਨੂੰ ਉਪ ਰਾਸ਼ਟਰਪਤੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਸਭ ਤੋਂ ਪਹਿਲਾਂ ਆਪਾਂ ਇਹਦਾ ਅਨਸਰ ਕਰ ਲੈਣਾ ਹੈ ਅਨਸਰ ਹੋਗਾ ਨੰਬਰ 3 ਰਜੀ ਇਹ ਪਿਛਲੇ ਕੁਐਸਚਨ ਦੇ ਨਾਲ ਦੇ ਕੁਐਸਚਨ ਹੈ ਕਹਿਣ ਦਾ ਮਤਲਬ ਕੀ ਆਪਣੀ ਸੀਟ ਕਿਸ ਨੂੰ ਸੌਂਪਦਾ ਹੈ ਜਾਂ ਆਪਣਾ ਅਹੁਦਾ ਕਿਸ ਨੂੰ ਦਿੰਦਾ ਹਨਾ ਉਹ ਇੱਕੋ ਹੀ ਗੱਲ ਹੋ ਗਈ ਹੈ ਠੀਕ ਹੈ ਥੋੜੀ ਜੀ ਕੁਐਸਚਨ ਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ ਕਿਉਂਕਿ ਆਪਣੇ ਕੁਐਸਚਨ ਦੇ ਵਿੱਚ ਹੀ ਆਨਸਰ ਪਿਆ ਹੁੰਦਾ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੈ ਤਾਂ ਉਸ ਨੂੰ ਕਿੰਨੇ ਸਮੇਂ ਦੇ ਵਿੱਚ ਭਰਨਾ ਜ਼ਰੂਰੀ ਹੈ ਮੰਨ ਲਓ ਕਿਸੇ ਰਾਸ਼ਟਰਪਤੀ ਦੀ ਅਚਾਨਕ ਡੈਥ ਹੋ ਗਈ ਹੈ ਨਾ ਜਾ ਕਿਸੇ ਕਾਰਨ ਕਰਕੇ ਵੀ ਮਹਾ ਦੋਸ਼ ਲਾਗਣ ਕਰਕੇ ਉਹਨੂੰ ਅਹੁਦੇ ਤੋਂ ਹਟਾਤਾ ਤਾਂ ਉਹਦਾ ਉਹ ਖਾਲੀ ਹੋ ਗਿਆ ਕਿਉਂਕਿ ਇਹ ਤਾਂ ਹੈ ਨਹੀਂ ਵੀ ਰਾਸ਼ਟਰਪਤੀ ਦਾ ਅਹੁਦਾ ਜਿਹੜਾ ਜਿੱਤੇ ਖਾਲੀ ਹੋਊਗਾ ਉਹਦੇ ਨਾਲ ਦੀ ਨਹੀਂ ਭਰਿਆ ਜਾਊਗਾ ਇੱਕ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਅਨੁਸਾਰ ਭਰਿਆ ਜਾਂਦਾ ਹਨ ਤਾਂ ਉਹਨੂੰ ਕਹਿੰਦੇ ਕਿੰਨੇ ਸਮੇਂ ਦੇ ਵਿੱਚ ਭਰਨਾ ਜ਼ਰੂਰੀ ਹੈ ਇੱਕ ਸਾਲ ਦੇ ਵਿੱਚ 3 ਸਾਲ ਦੇ ਵਿੱਚ 2 ਸਾਲ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਰਾਈਟ ਆਨਸਰ ਹੋਊਗਾ ਨੰਬਰ 4 ਡੀ 6 ਮਹੀਨਿਆਂ ਦੇ ਅੰਦਰ-ਅੰਦਰ ਜਿਹੜਾ ਰਾਸ਼ਟਰਪਤੀ ਦਾ ਅਹੁਦਾ ਹੈਗਾ ਉਹ ਭਰਨਾ ਜ਼ਰੂਰੀ ਹੁੰਦਾ ਹੈਗਾ ਤੇ ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੈ ਤਾਂ ਉਹਦੀ ਥਾਂ ਤੇ ਉਪਰ ਰਾਸ਼ਟਰਪਤੀ ਕੰਮ ਕਰਦਾ ਠੀਕ ਹੈ ਵੀ ਨੈਕਸਟ ਕੁਐਸਚਨ ਦੇਖੋ ਥੋੜਾ ਜਿਹੀ ਇਹ ਬਸ ਉਹੀ ਗੱਲ ਹੋ ਗਈ ਕਿਨਹ ਭਾਰਤੀ ਸੰਵਿਧਾਨ ਦੇ ਅਨੁਸਾਰ ਅਨੁਸ਼ੇਦ 62 ਬੀ ਦੇ ਅਨੁਸਾਰ ਜੇ ਦੋ ਦੇ ਅਨੁਸਾਰ ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੈ ਉਸ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਭਰਨਾ ਜ਼ਰੂਰੀ ਹੈ ਠੀਕ ਹੈ ਭਾਈ ਨੈਕਸਟ ਕੁਸਚਨ ਦੇਖੋ ਜੇਕਰ ਕਿਸੇ ਕਾਰਨ ਕਹਿੰਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਵਾਂ ਦਾ ਅਹੁਦਾ ਖਾਲੀ ਰਹਿੰਦਾ ਤੇ ਰਾਸ਼ਟਰਪਤੀ ਦੇ ਕਾਰਜ કોਣ ਕਰੇਗਾ ਜੇ ਕੁਸਚਨ ਹੀ ਬਹੁਤ ਇੰਟਰਸਟਿੰਗ ਨੇ ਮੈਨੂੰ ਪਹਿਲਾਂ ਕਿਹਾ ਸੀਗਾ ਮੰਨ ਲਓ ਹੁਣ ਜੇ ਮੈਨੂੰ ਦੱਸਿਆ ਵੀ ਰਾਸ਼ਟਰਪਤੀ ਦਾ ਅਹੁਦਾ ਜਦੋਂ ਖਾਲੀ ਤੇ ਉਪ ਰਾਸ਼ਟਰਪਤੀ ਕੰਮ ਕਰਦਾ ਹੁਣ ਉਪ ਰਾਸ਼ਟਰਪਤੀ ਵੀ ਨਹੀਂ ਹੈਗਾ ਜੇ ਰਾਸ਼ਟਰਪਤੀ ਵੀ ਨਹੀਂ ਉਪ ਰਾਸ਼ਟਰਪਤੀ ਵੀ ਨਹੀਂ ਤਾਂ ਉਹਨਾਂ ਦੋਨਾਂ ਦੇ ਕੰਮ ਕੌਣ ਕਰੂਗਾ ਇਹ ਕੁਐਸਚਨ ਵਾਰ-ਵਾਰ ਪੇਪਰਾਂ ਦੇ ਵਿੱਚ ਆਉਂਦਾ ਹੈ। ਅਟਾਰਨੀ ਜਨਰਲ, ਲੋਕ ਸਭਾ ਦੇ ਸਪੀਕਰ, ਭਾਰਤ ਦੇ ਮੁੱਖ ਜੱਜ ਜਾਂ ਮੁੱਖ ਚੋਣ ਅਧਿਕਾਰੀ। ਰਾਈਟ ਆਨਸਰ ਹੋਗਾ ਨੰਬਰ 3 ਭਾਰਤ ਦੇ ਮੁੱਖ ਜੱਜ। ਠੀਕ ਹੈ ਭਈ। ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਸੌਰੀ ਸੁਪਰੀਮ ਕੋਰਟ ਦੇ ਮੁੱਖ ਜੱਜ ਠੀਕ ਹੈ। ਯਾਦ ਰੱਖਣਾ ਹੈ ਤੇ ਸੁਪਰੀਮ ਕੋਰਟ ਦੇ। ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਦੋਵਾਂ ਦੇ ਅਹੁਦਿਆਂ ਦੇ ਖਾਲੀ ਹੋਣ ਦੀ ਸਥਿਤੀ ਦੇ ਵਿੱਚ ਕਹਿੰਦੇ ਭਾਰਤ ਦੇ ਜਿਹੜੇ ਚੀਫ ਜਸਟਿਸ ਚੀਫ ਜਸਟਿਸ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਕੰਮ ਕਰਨਗੇ ਹੁਣ ਜਿਹੜੇ ਇਹ ਭਾਰਤ ਦੇ ਮੁੱਖ ਜੱਜ ਨੇ ਸੁਪਰੀਮ ਕੋਰਟ ਦੇ ਇਹਨਾਂ ਨੂੰ ਚੀਫ ਜਸਟਿਸ ਵੀ ਕਿਹਾ ਜਾਂਦਾ ਆਪਸ਼ਨ ਦੇ ਵਿੱਚ ਸਾਨੂੰ ਉਹ ਵੀ ਬਣ ਸਕਦਾ ਉੱਥੇ ਮੁੱਖ ਜੱਜ ਨਾ ਲੇਖ ਕੇ ਚੀਫ ਜਸਟਿਸ ਵੀ ਹੋ ਸਕਦਾ ਠੀਕ ਹੈ ਨੈਕਸਟ ਕੁਐਸਚਨ ਦੇਖੋ ਭਾਰਤ ਦੇ ਰਾਸ਼ਟਰਪਤੀ ਦੀ ਕਹਿੰਦੇ ਮੌਤ ਜਾਂ ਅਸਤੀਫੇ ਦੇ ਉੱਪਰ ਰਾਸ਼ਟਰਪਤੀ ਦਾ ਦਫ਼ਤਰ ਦਾ ਕੰਮ ਉਪ ਰਾਸ਼ਟਰਪਤੀ ਕਿੰਨੇ ਸਮੇਂ ਲਈ ਚਾਰਜ ਕਰਨਗੇ ਕਹਿਣ ਦਾ ਮਤਲਬ ਕੀ ਹੈ ਵੀ ਜੇ ਉੱਪਰ ਆਲੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੈ ਹਨਾ ਜੇ ਉਹਨਾਂ ਦੀ ਡੈਥ ਹੋ ਗਈ ਤਾਂ ਜਿਹੜੇ ਉਪ ਰਾਸ਼ਟਰਪਤੀ ਉਹਨਾਂ ਦਾ ਕੰਮ ਸੰਭਾਲਦਾ ਉਹ ਕਿੰਨੇ ਸਮੇਂ ਵਾਸਤੇ ਚਾਰਜ ਕਰਨਗੇ ਉਸ ਕੰਮ ਨੂੰ ਚਾਰਜ ਮਤਲਬ ਚਾਰਜ ਲੈਣਗੇ ਸੰਭਾਲਣਗੇ ਵੱਧ ਤੋਂ ਵੱਧ 1 ਸਾਲ ਦੀ ਮਿਆਦ ਵੱਧ ਤੋਂ ਵੱਧ 1 ਸਾਲ ਦੀ ਮਿਆਦ ਤੱਕ 6 ਮਹੀਨਿਆਂ ਤੱਕ ਜਾਂ 4 ਮਹੀਨਿਆਂ ਤੱਕ ਰਾਈਟ ਆਨਸਰ ਹੋਊਗਾ ਇਹਦਾ ਨੰਬਰ 3 ਜਿਵੇਂ ਆਪਾਂ ਪਿੱਛੇ ਵੀ ਕਰ ਚੁੱਕੇ ਆ ਵੱਧ ਤੋਂ ਵੱਧ ਰਾਜੀ 6 ਮਹੀਨੇ ਖਾਲੀ ਰਹਿ ਸਕਦਾ ਰਾਸ਼ਟਰਪਤੀ ਦਾ ਅਹੁਦਾ ਠੀਕ ਹੈ 6 ਮਹੀਨੇ ਖਾਲੀ ਰਹਿ ਸਕਦਾ ਰਾਸ਼ਟਰਪਤੀ ਦਾ ਅਹੁਦਾ ਇਹ ਤੋਂ ਵੱਧ ਨਹੀਂ ਰੱਖ ਸਕਦੇ ਠੀਕ ਹੈ 6 ਮਹੀਨਿਆਂ ਦੇ ਵਿੱਚ ਜਾਂ ਤਾਂ ਉਪ ਰਾਸ਼ਟਰਪਤੀ ਕੰਮ ਕਰੂਗਾ ਨਹੀਂ ਚੀਫ ਜਸਟਿਸ ਭਾਰਤ ਦਾ ਮੁੱਖ ਜੱਜ ਠੀਕ ਹੈ ਜੇਕਰ ਉਪ ਰਾਸ਼ਟਰਪਤੀ ਵੀ ਨਹੀਂ ਹੁਣ ਥੋੜਾ ਦੇਖੋ ਇੱਥੇ ਭਾਰਤੀ ਸੰਵਿਧਾਨ ਦੇ ਅਨੁਛੇਦ ਦੇ ਅਨੁਸਾਰ ਕਹਿੰਦੇ ਉਪ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੇ ਖਾਲੀ ਹੋਣ ਦੀ ਸਥਿਤੀ ਦੇ ਵਿੱਚ ਦਫ਼ਤਰ ਦੇ ਕਾਰਜਾਂ ਨੂੰ ਚਲਾਉਣਾ ਹੋਵੇਗਾ ਜਦੋਂ ਕਿ ਰਾਸ਼ਟਰਪਤੀ ਦੀ ਚੋਣ ਆਰਟੀਕਲ ਦੇ ਉਪਬੰਧਾਂ ਦੇ ਤਹਿਤ 6 ਮਹੀਨੇ ਦੇ ਅੰਦਰ ਨਹੀਂ ਹੋ ਸਕਦੀ ਠੀਕ ਹੈ 6 ਮਹੀਨੇ ਦਾ ਜਿਹੜਾ ਗੈਪ ਉਹ ਪੈ ਜਾਂਦਾ ਨੈਕਸਟ ਕੁਐਸਚਨ ਦੇਖੋ ਕਿਸੇ ਵੀ ਕਾਨੂੰਨ ਲਈ ਸੁਪਰੀਮ ਕੋਰਟ ਨਾਲ ਸਲਾਹ مشورہ ਕਰਨ ਦਾ ਅਧਿਕਾਰ ਕਿਸ ਨੂੰ ਪ੍ਰਾਪਤ ਹੈ ਕਿਸੇ ਵੀ ਕਾਨੂੰਨ ਲਈ ਮੰਨ ਲਓ ਕੋ ਕਾਨੂੰਨ ਬਣਾਉਣਾ ਹਨ ਤਾਂ ਉਹਦੇ ਵਾਸਤੇ ਸੁਪਰੀਮ ਕੋਰਟ ਨਾਲ ਜਿਹੜਾ ਕੋਈ ਆਪਾਂ ਸਲਾਹ ਕਰਨੀ ਹੈ ਆਪਾਂ ਨੇ ਨਹੀਂ ਕਰਨੀ ਵੀ ਜਨਾਂ ਨਹੀਂ ਕਰਨੀ ਹੈ ਉਹਨਾਂ ਦਾ ਅਧਿਕਾਰ ਕਿਸ ਨੂੰ ਪ੍ਰਾਪਤ ਹੈ ਵੀ ਕੌਣ ਗੱਲ ਕਰ ਸਕਦਾ ਉਹਨਾਂ ਨਾਲ ਹਾਈ ਕੋਰਟ ਰਾਸ਼ਟਰਪਤੀ ਰਾਜਪਾਲ ਯਥਨੇ ਰਾਈਟ ਆਨਸਰ ਹੋਊਗਾ ਤਾਂ ਨੰਬਰ 2 ਸਿਰਫ ਰਾਸ਼ਟਰਪਤੀ ਠੀਕ ਹੈ ਰਾਸ਼ਟਰਪਤੀ ਦੀ ਕਹਿੰਦੇ ਨਿਆਇਕ ਸ਼ਕਤੀ ਅਧੀਨ ਰਾਸ਼ਟਰਪਤੀ ਨੂੰ ਤਾਰਾ 143 ਅਧੀਨ ਕਿਸੇ ਵੀ ਵਿਸ਼ੇ ਦੇ ਉੱਪਰ ਸੁਪਰੀਮ ਕੋਰਟ ਨਾਲ ਸਲਾਹ مشورہ ਕਰਨਾ ਜ਼ਰੂਰੀ ਹੁੰਦਾ ਹੈ ਠੀਕ ਹੈ ਇਹ ਵੀ ਆ ਸਕਦਾ ਹੈ ਜਿਹੜਾ ਆਰਟੀਕਲ 143 ਸੁਫੇ ਵੀ ਪੁੱਛ ਸਕਦੇ ਨੇ ਵੀ ਆਰਟੀਕਲ 143 ਕੀ ਹੈ ਇਹਦੇ ਵਿੱਚ ਇਹ ਵੀ ਲਿਖਿਆ ਹੁੰਦਾ ਵੀ ਜਿਹੜਾ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਜੱਜਾਂ ਤੋਂ ਕੋਈ ਵੀ ਸਲਾਹ ਮੰਗ ਸਕਦਾ ਹੈ ਠੀਕ ਹੈ ਇਹਦੀ ਚੀਜ਼ ਹੁੰਦਾ ਨੈਕਸਟ ਕੁਐਸਚਨ ਦੇਖੋ ਕਿਸੇ ਅਨੁਸ਼ੇਦ ਹਾ ਸੌਰੀ ਕਿਸ ਅਨੁਸ਼ੇਦ ਦੇ ਤਹਿਤ ਰਾਸ਼ਟਰਪਤੀ ਸੁਪਰੀਮ ਕੋਰਟ ਦੀ ਸਲਾਹ ਲੈ ਸਕਦਾ ਹੈ ਇਹ ਤਾਂ ਅਪਾ ਪਿਛੀ ਕਰ ਚੁੱਕੇ ਆ ਨਾ ਆਰਟੀਕਲ 143 ਠੀਕ ਹੈ 143 ਨੈਕਸਟ ਕੁਐਸਚਨ ਦੇਖੋ ਰਾਸ਼ਟਰਪਤੀ ਜੱਜਾਂ ਵਿੱਚ ਰਾਸ਼ਟਰਪਤੀ ਸ਼ਾਸਨ ਨੂੰ ਲਾਗੂ ਕਰਦਾ ਹੈ ਹਾ ਸੌਰੀ ਰਾਸ਼ਟਰਪਤੀ ਜਿਹੜੇ ਰਾਜਾਂ ਦੇ ਵਿੱਚ ਰਾਜਾਂ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਨੂੰ ਲਾਗੂ ਕਰਦਾ ਹੈ ਆਰਟੀਕਲ 356 70 ਸ਼ੰਤੀ ਜਿਆ ਪੈਂਡ ਦੇ ਅਨੁਸਾਰ 265 ਦੀ ਰਾਈਟ ਆਨਸਰ ਹੋਗਾ ਨੰਬਰ 1 ਆਰਟੀਕਲ 356 ਦੇ ਅਨੁਸਾਰ ਠੀਕ ਹੈ ਬਈ ਹੁਣ ਦੇਖੋ ਰਾਸ਼ਟਰਪਤੀ ਕਹਿੰਦੇ ਰਾਜਾਂ ਦੇ ਵਿੱਚ ਸੰਵਿਧਾਨਿਕ ਮਕੈਨਿਜ਼ਮਰੀ ਦੀ ਅਸਫਲਤਾ ਦੀ ਸਥਿਤੀ ਵਿੱਚ ਧਾਰਾ 356 1 ਦੇ ਤਹਿਤ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦਾ ਹੈ ਅਨੁਸ਼ੇਦ 356 4 ਇਹ ਵਿਵਸਥਾ ਕਰਦਾ ਹੈ ਕਿ ਕਿਸੇ ਵੀ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਲਈ ਸੰਸਦ ਦੁਆਰਾ ਪ੍ਰਵਾਨਿਤ ਕੋਸ਼ਨਾ ਉਤਮਿਆ ਦੀ ਸਮਾਪਤੀ ਤੋਂ ਬਾਅਦ ਕਾਰਵਾਈ ਨਹੀਂ ਰਹੇਗੀ ਕਾਰਵਾਈ ਠੀਕ ਹੈ ਭਾਈ ਨੈਕਸਟ ਕੁਐਸਚਨ ਦੇਖੋ ਹੇਠ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜੀ ਐਮਰਜੈਂਸੀ ਰਾਸ਼ਟਰਪਤੀ ਖੁਦ ਘੋਸ਼ਿਤ ਕਰ ਸਕਦਾ ਹੈ ਹੁਣ ਆਪਣੇ ਤਿੰਨ ਐਮਰਜੈਂਸੀਆਂ ਨੇ ਹਨ ਕਮੈਂਟ ਕਰਕੇ ਦੱਸਣਾ ਕਿਹੜੀ ਕਿਹੜੀ ਹੈ ਠੀਕ ਹੈ ਭਾਈ ਤਿੰਨ ਐਮਰਜੈਂਸੀਆਂ ਲੱਗਦੀਆਂ ਨੇ ਆਪਣੇ ਉਹਨਾਂ ਦੇ ਵਿੱਚੋਂ ਕਹਿੰਦੇ ਰਾਸ਼ਟਰਪਤੀ ਕਿਹੜੀ ਐਮਰਜੈਂਸੀ ਨੂੰ ਖੁਦ ਘੋਸ਼ਿਤ ਕਰਦਾ ਹੈ ਵਿਦੇਸ਼ੀ ਹਮਲੇ ਜਾਂ ਅੰਦਰੂਨੀ ਹੰਗਾਮੀ ਕਾਰਨ ਆਉਣਾ ਰਾਜਾਂ ਰਾਜ ਵਿੱਚ ਸੰਵਿਧਾਨਿਕ ਸੰਗਠਨ ਦੀ ਅਸਫਲਤਾ ਕਾਰਨ ਅਮਰਜੈਂਸੀ ਭਾਰਤ ਦੀ ਵਿੱਤੀ ਸਥਿਰਤਾ ਜਾਂ ਕਰਜ਼ੇ ਲਈ ਖਤਰੇ ਕਾਰਨ ਪੈਦਾ ਹੋਈ ਅਮਰਜੈਂਸੀ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਰਾਈਟ ਆਨਸਰ ਹੋਗਾ ਨੰਬਰ 4 ਰਾਸ਼ਟਰਪਤੀ ਕਹਿੰਦੇ ਸਿਰਫ ਕੈਬਨਿਟ ਸਿਪਾਰਸ਼ ਦੇ ਆਧਾਰ ਤੇ ਹੀ 352 350 360 ਦੇ ਤਹਿਤ ਅਮਰਜੈਂਸੀ ਲਗਾ ਸਕਦਾ ਹੈ ਨੈਕਸਟ ਕੁਸਚਨ ਦੇਖੋ ਰਾਸ਼ਟਰਪਤੀ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ਹੁਣ ਜਦੋਂ ਕੋਈ ਰਾਸ਼ਟਰਪਤੀ ਬਣਦਾ ਹੈ ਨਾ ਤਾਂ ਉਹਨੂੰ ਇੱਕ ਸਹੁੰ ਚੁਕਵਾਈ ਜਾਂਦੀ ਹੈ ਵੀ ਮੈਂ ਆਪਣੇ ਅਹੁਦੇ ਦਾ ਬੜੀਏ ਪਾਲਣਾ ਕਰੂੰਗਾ ਐ ਕਰੂੰਗਾ ਬਾਅਦ ਕਰੂੰਗਾ ਪਰ ਕਰਦਾ ਕੋਈ ਨਹੀਂ ਹੁੰਦਾ ਨਾ ਤਾਂ ਉਹਨੂੰ ਕਹਿੰਦੇ ਸਹੁੰ ਕੌਣ ਚੁਕਾਉਂਦਾ ਲੋਕ ਸਭਾ ਦਾ ਸਪੀਕਰ ਪ੍ਰਧਾਨ ਮੰਤਰੀ ਭਾਰਤ ਦਾ ਚੀਫ ਜਸਟਿਸ ਜਾਂ ਉਪ ਪ੍ਰਧਾਨ ਪ੍ਰੋਕਟ ਕੋਈ ਨਹੀਂ ਰਾਈਟ ਆਨਸਰ ਹੋਊਗਾ ਦਾ ਨੰਬਰ 3 ਭਾਰਤ ਦਾ ਚੀਫ ਜਸਟਿਸ ਉਹ ਹੀ ਮੁੱਖ ਜੱਜ ਠੀਕ ਹੈ ਆਰਟੀਕਲ 68 ਦੇ ਅਨੁਸਾਰ ਕਹਿੰਦੇ ਭਾਰਤ ਰਾਸ਼ਟਰਪਤੀ ਕਿਸੇ ਵੀ ਕਾਰਨ ਕਰਕੇ ਰਾਸ਼ਟਰਪਤੀ ਦੇ ਕਾਰਜਾਂ ਨੂੰ ਚਲਾਉਣ ਲਈ ਨਿਯੁਕਤ ਕੀਤਾ ਗਿਆ ਕੋਈ ਵੀ ਵਿਅਕਤੀ ਆਪਣੇ ਅਹੁਦੇ ਉੱਪਰ ਦਾਖਲ ਹੋਣ ਤੋਂ ਪਹਿਲਾਂ ਚੀਫ ਜਸਟਿਸ ਜਾਂ ਉਸ ਦੀ ਗੈਰ ਮੌਜੂਦਗੀ ਵਿੱਚ ਸਭ ਤੋਂ ਸੀਨੀਅਰ ਉਪਲਬਧ ਜੱਜ ਦੇ ਸਾਹਮਣੇ ਗਵਾਹੀ ਦੇਵੇਗਾ ਸੁਪਰੀਮ ਕੋਰਟ ਨੇ ਅਹੁਦੇ ਦੀ ਸੌਚ ਕੀਤੀ ਠੀਕ ਹੈ ਵੀ ਇਹਦਾ ਮਤਲਬ ਕੀ ਹੈ ਵੀ ਜਿਹੜਾ ਚੀਫ ਜਸਟਿਸ ਨਹੀਂ ਹੈਗਾ ਤੇ ਜਿਹੜਾ ਸੀਨੀਅਰ ਜਜ ਹੋਊਗਾ ਉਹਨਾਂ ਦੇ ਵਿੱਚੋਂ ਹਨਾ ਤਾਂ ਉਹ ਉਹਨੂੰ ਸੌਚਕਾਊਗਾ ਨੈਕਸਟ ਕੁਐਸਚਨ ਦੇਖੋ ਭਾਰਤ ਦੇ ਰੱਖਿਆ ਸੰਗਠਨ ਦਾ ਸੁਪਰੀਮ ਕਮਾਂਡਰ ਕੌਣ ਹੈ ਰੱਖਿਆ ਮੰਤਰੀ ਪ੍ਰਧਾਨ ਮੰਤਰੀ ਸੈਨਾ ਮੁਖੀ ਰਾਸ਼ਟਰਪਤੀ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਰੱਖਿਆ ਸੰਗਠਨ ਦਾ ਸੁਪਰੀਮ ਕਮਾਂਡਰ ਰਾਈਟ ਆਨਸਰ ਹੋਊਗਾ ਨੰਬਰ 3 ਕਿਉਂਕਿ ਆਪਣੇ ਤਿੰਨੇ ਸਨਾਵਾਂ ਦਾ ਮੁਖੀ ਕੌਣ ਹੈ ਜਲ ਥਲ ਤੇ ਵਾਯੂ ਦਾ ਇਹਨਾਂ ਨੂੰ ਕੌਣ ਅਖਵਾਈ ਕਰਦਾ ਰਾਸ਼ਟਰਪਤੀ ਕਰਦਾ ਠੀਕ ਹੈ ਆਰਟੀਕਲ 53 2 ਦੇ ਅਨੁਸਾਰ ਕਹਿੰਦੇ ਯੂਨੀਅਨ ਦੇ ਰੱਖਿਆ ਵਾਲਾ ਫੌਜ ਸੁਪਰੀਮ ਕਮਾਂਡਰ ਰਾਸ਼ਟਰਪਤੀ ਕੋਲ ਹੈ ਤੇ ਇਸ ਦਾ ਅਭਿਆਸ ਕਾਨੂੰਨ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਨੈਕਸਟ ਕੁਐਸਚਨ ਭਾਰਤ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਕਿਸ ਨੂੰ ਭਾਰਤ ਰਤਨ ਪੁਰਸਕਾਰ ਮਿਲਿਆ ਮੋਨੋ ਉਹ ਕਿਹੜਾ ਵਿਅਕਤੀ ਸੀਗਾ ਜਿਹੜਾ ਭਾਰਤ ਦਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਭਾਰਤ ਰਤਨ ਪੁਰਸਕਾਰ ਸੀ ਜਿਹੜਾ ਉਹ ਜਿਤ ਜਿਤ ਭਾਵ ਜੀ ਨੇ ਜਿੱਤਿਆ ਸੀਗਾ ਰਜਿੰਦਰ ਪ੍ਰਸਾਦ ਸੀਗਾ ਜਾਕੇ ਹੁਸੈਨ ਸੀਗਾ ਡਾਕਟਰ ਰਾਧਾ ਕ੍ਰਿਸ਼ਨ ਸੀਗਾ ਜਾਂ জাকਿਰ ਹੁਸੈਨ ਸੀ ਰਾਈਟ ਆਨਸਰ ਹੋਊਗਾ ਤਾਂ ਨੰਬਰ 3 ਡਾਕਟਰ ਰਾਧਾ ਕ੍ਰਿਸ਼ਨ ਕਹਿੰਦੇ ਡਾਕਟਰ ਐਸ ਰਾਧਾ ਕ੍ਰਿਸ਼ਨ ਨੂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਸਾਲ 1954 ਦੇ ਵਿੱਚ ਭਾਰਤ ਰਤਨ ਦਾ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਕਿੰਨੇ ਦੇ ਵਿੱਚ 1954 ਦੇ ਵਿੱਚ ਠੀਕ ਹੈ ਰਾਸ਼ਟਰਪਤੀ ਵਜੋਂ ਉਹਨਾਂ ਦਾ ਕਾਰਜਕਾਲ ਜਿਹੜਾ 1962 ਤੋਂ 67 ਤੱਕ ਸੀ ਆ ਠੀਕ ਹੈ ਵੀ ਤੇ ਇੱਕ ਹੋਰ ਸੀ ਆਪਣੇ ਅ ਜਿਹੜੇ ਏ ਪੀ ਜੀ ਅਬਦੁਲ ਖਲਾਮ ਸੀ ਹੈਨਾ ਉਹਨਾਂ ਨੂੰ ਵੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਕੀ ਮਿਲਿਆ ਸੀ 1997 ਦੇ ਵਿੱਚ ਭਾਰਤ ਰਤਨ ਮਿਲਿਆ ਸੀਗਾ ਠੀਕ ਹੈ ਉਹਨਾਂ ਦਾ ਕਾਰਜਕਾਲ ਕੀ ਸੀ 2002 ਤੋਂ ਲੈ ਕੇ 2000 ਸਤਾਰਨ ਤੱਕ ਮਿਸਾਈਲ ਮੈਂ ਕੀਆ ਜਾਂਦਾ ਸੀ ਇਹਨਾਂ ਨੂੰ ਠੀਕ ਹੈ ਨੈਕਸਟ ਕੁਐਸਚਨ ਭਾਰਤ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਵਿਵਾਦ ਕਿਸ ਨੂੰ ਭੇਜਿਆ ਗਿਆ ਹੈ ਜੇ ਮੰਨ ਲਓ ਦੋ ਧਿਰਾਂ ਨੇ ਹਨਾ ਦੋ ਧਿਰਾਂ ਨੇ ਜਿਹੜੀ ਰਾਸ਼ਟਰਪਤੀ ਬਣਨ ਵਾਸਤੇ ਉੱਠੇ ਬੰਦੇ ਹੁਣ ਉਹਨਾਂ ਦੀ ਚੋਣ ਦੇ ਵਿੱਚ ਕੋਈ ਵਿਵਾਦ ਹੋ ਗਿਆ ਲੜਾਈ ਹੋ ਗਈ ਹਨਾ ਕਾਪੜਾ ਮੰਨ ਲਓ ਤਾਂ ਜਿਹੜੀ ਉਹ ਲੜਾਈ ਦਾ ਸੰਬੰਧ ਹੈ ਉਹ ਕਿੱਥੇ ਜਾ ਕੇ ਖਤਮ ਹੋਊਗਾ ਚੋਣ ਕਮਿਸ਼ਨ ਸੁਪਰੀਮ ਕੋਰਟ ਸੰਸਦ ਯੋਪਰ ਰਾਸ਼ਟਰਪਤੀ ਰਾਈਟ ਆਨਸਰ ਹੋਊਗਾ ਦਾ ਨੰਬਰ 2 ਸੁਪਰੀਮ ਕੋਰਟ ਦੇ ਵਿੱਚ ਠੀਕ ਹੈ ਤਾਰਾ ਕਹਿੰਦੀ 71 ਦੇ ਅਨੁਸਾਰ 71 ਦੇ ਅਨੁਸਾਰ ਰਾਸ਼ਟਰਪਤੀ ਜੋ ਉਪਰ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਵਿਵਾਦ ਦਾ ਫੈਸਲਾ ਜਿਹੜਾ ਸੁਪਰੀਮ ਕੋਰਟ ਵੱਲੋਂ ਕੀਤਾ ਜਾਂਦਾ ਹੈ ਜੇਕਰ ਕੋਈ ਵਿਅਕਤੀ ਚੁਣਿਆ ਜਾਂਦਾ ਹੈ ਅਤੇ ਰਾਸ਼ਟਰਪਤੀ ਵਜੋਂ ਅਹੁਦੇ ਤੇ ਦਾਖਲ ਹੁੰਦਾ ਹੈ ਤਾਂ ਉਸ ਨੂੰ ਚੋਣ ਤੋਂ ਬਾਅਦ ਵਿੱਚ ਸੁਪਰੀਮ ਕੋਰਟ ਦੁਆਰਾ ਅਵੈਧ ਘੋਸ਼ਿਤ ਕੀਤਾ ਜਾਂਦਾ ਹੈ ਠੀਕ ਹੈ ਵੀ ਸੋ ਇਹ ਸੀ ਅੱਜ ਦੀ ਆਪਣੀ ਕਲਾਸ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੀ ਲਈ ਕੋਈ ਵੀ ਅਪਡੇਟ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਠੀਕ ਹੈ ਬਈ ਸੋ ਮਿਲਦੇ ਹਾਂਗੇ ਇੱਕ ਨਵੀਂ ਕਲਾਸ ਦੇ ਨਾਲ ਸੋ ਥੈਂਕ ਯੂ ਟੇਕ ਕੇਅਰ ਐਂਡ ਕੀ ਵਾਚਿੰਗ